बाबे आ जिहड़े डेरे वाले ओ संगत नूं किहड़े पासे जाण दा हुकम दिंदे आ, जां जिवें आम तौर ते गल चलदी है बहुते डेरियां दा जिहड़ा संबंध है वी ओह तां संघ परिवार दे नाल हैगा ते संघ परिवार वनियों जिहड़े दिशा निर्देश आउणगे ओह बाबे फिर आपदी संगत नूं उस पासे जाण वास्ते इशारा कर सकदे। आम तौर ते लोकां च सुनेहा यही जा रिहा कि इह तां मुख्यमंत्री दी कुर्सी दी लड़ाई लड़न वाले पासे लगे होए आ, वी पंजाब दे लोकां दे नाल संबंधित मुद्दियां दा इहनां दे नाल सिद्धा कोई संबंध नहीं है। पर पेंडू वोटर है जिहड़ा किसान भाईचारे दा जिहड़ा वोटर है उहदे च अज वी अकाली दल बादल दा प्रभाव दूजियां सारियां धिरां नालों वध हैगा, आपां नूं पसंद होवे इह गल भावें ना हो। पंजाबी न्यूज़ ऑनलाइन देखते सारे दर्शकों का स्वागत। दोस्तों मैं सुखनैप सिंह सिद्धू अज एक अहम विशा थोड़े नाल लेके आया। विषय हमेशा ही अहम होंदे आ और शख्सियत भी अहम होंदियां। श्रोमणी गुरद्वारा प्रबंधक कमेटी दी चोणां नूं लैके काफ़ी चर्चा चली है। हुण गुरद्वारा चोण कमिशन के चेयरमैन SS सारो नूं केंद्रीय सरकार ने ला दिता है। उस तो बाद काफ़ी सियासत है जिहड़ी उह सरगर्म हो गई है, काफ़ी क्यास रहीआं जिहड़ियां उह लग रहीआं। सियासी माहर ਬਾਈ ਹਰਬੰਸ ਸਿੰਘ ਸਾਡੇ ਨਾਲ ਸ਼ਾਮਲ ਹੈ, ਇਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਸਥਿਤੀ ਕੀ ਹੈ, ਇਹਦਾ ਫਾਇਦਾ ਇਸ ਵਕਤ ਇਲੈਕਸ਼ਨ ਦਾ ਕਿਹਨੂੰ ਹੋ ਸਕਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ ਜੀ। ਜਿਵੇਂ ਹੁਣ ਇਲੈਕਸ਼ਨ ਦੇ ਦੌਰ ਨੂੰ ਅਸੀਂ ਦੇਖਦੇ ਹਾਂ ਤਾਂ ਕੋਈ ਵੀ ਇਲੈਕਸ਼ਨ ਹੋਵੇ ਉਦੋਂ ਕੇਂਦਰ ਸਰਕਾਰ ਦੇ ਉੱਤੇ ਦੋਸ਼ ਵੀ ਲੱਗ ਜਾਂਦੇ ਹੁੰਦੇ ਕਿ ਭਾਈ ਆ ਜਿਹੜੀਆਂ ਸੂਬਿਆਂ ਦੀਆਂ ਜਾਂ ਹੋਰ ਚੋਣਾਂ ਨੇ ਇੱਥੇ ਆਪਦੇ ਹਿਸਾਬ ਨਾਲ ਇਹਨਾਂ ਨੇ ਬੰਦੇ ਫਿੱਟ ਕਰਤੇ ਨੇ, ਜਾਂ ਹੋਰ ਕਈ ਵਾਰੀ ਘਟਨਾਕ੍ਰਮ ਆ ਜਿਹੜੇ ਉਹ ਇਹੋ ਜਿਹੇ ਜੁੜੇ ਹੋਏ ਸਾਹਮਣੇ ਆਉਂਦੇ ਹੁੰਦੇ ਆ ਅਚਨਚੇਤ। ਹੁਣ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੀ ਚਰਚਾ ਜੀ ਚੱਲ ਪਈ ਹੈ, ਇਹਨੂੰ ਕਿਵੇਂ ਦੇਖਦੇ? ਸੁਖਨੈਬ ਜੀ, ਪੰਜਾਬ ਦੀ ਰਾਜਨੀਤੀ ਹੈ ਜਿਹੜੀ ਲੰਮੇ ਸਮੇਂ ਤੋਂ ਆਪਾਂ ਇਹਦੇ 'ਤੇ ਜੇ ਨਜ਼ਰ ਮਾਰੀਏ ਤਾਂ ਅਕਾਲੀ ਦਲ ਦੀ ਰਾਜਨੀਤੀ ਦਾ ਮੁੱਢ ਆ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਹੀ ਹੈ। ਪ੍ਰਬੰਧਕ ਕਮੇਟੀ ਕੋਲ ਕਾਫੀ ਵੱਡਾ ਬਜਟ ਹੋਣ ਕਰਕੇ, ਗੁਰਦੁਆਰਿਆਂ ਦਾ ਪ੍ਰਬੰਧ ਉਹਦੇ ਕੋਲ ਹੋਣ ਕਰਕੇ, ਸੰਗਤ ਦਾ ਗੁਰਦੁਆਰਿਆਂ ਨਾਲ ਜੁੜਿਆ ਹੋਣ ਕਰਕੇ, ਉਹ ਸਾਰੇ ਕਾਸ਼ ਦਾ ਫਾਇਦਾ ਆਮ ਤੌਰ 'ਤੇ ਅਕਾਲੀ ਦਲ ਦੀ ਰਾਜਨੀਤੀ ਨੂੰ ਮਿਲਦਾ ਰਿਹਾ। ਪਹਿਲਾਂ ਵੀ ਬਹੁਤ ਵਾਰੀ ਯਤਨ ਹੋਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਬਾਹਰ ਆਵੇ, ਅਕਾਲੀ ਦਲ ਬਾਦਲ ਦੀ ਤੋਂ। ਉਹ ਹੌਲੀ ਹੌਲੀ ਆਪਾਂ 1978-77 ਦੀ ਜੇ ਗੱਲ ਕਰੀਏ, ਉਸ ਤੋਂ ਪਹਿਲਾਂ ਉੱਥੇ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਸੀ। ਉਹਨਾਂ ਚੋਣਾਂ ਦੇ ਵਿੱਚ ਬਾਅਦ 'ਚ ਜਿਹੜੀ ਮੂਵਮੈਂਟ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਕਰਨ ਲਈ ਕਾਂਗਰਸ ਦੀ ਹਮਾਇਤ ਦੇ ਨਾਲ ਕਈ ਸਾਰੇ ਗਰੁੱਪਾਂ ਨੇ ਉਸ ਵੇਲੇ ਚੋਣ ਲੜੀ ਸੀ 1978 ਦੇ ਵਿੱਚ। ਉਦੋਂ ਵੀ ਇਹ ਲੱਗਿਆ ਸੀ ਬਈ ਕਾਂਗਰਸ ਦੀ ਜਿਹੜੀ ਸੈਂਟਰ ਦੀ ਸਰਕਾਰ ਹੈ ਵੀ ਉਹਦੇ ਬੰਨੀਓਂ ਉਹ ਗਰੁੱਪਾਂ ਨੂੰ ਹਮਾਇਤ ਕੀਤੀ ਜਾ ਰਹੀ ਹੈ, ਪਰ ਨਤੀਜੇ ਜਿਹੜੇ ਸੀ ਉਹ ਅਕਾਲੀ ਦਲ ਦੇ ਪੱਖ 'ਚ ਆਏ। ਉਸ ਤੋਂ ਬਾਅਦ ਪੰਜਾਬ ਦੇ ਘਟਨਾਕ੍ਰਮ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ ਹੋਈਆਂ। ਲੰਮਾ ਸਮਾਂ ਪੰਜਾਬ ਦੇ ਵਿੱਚ ਇੱਕ ਦੌਰ ਚੱਲਿਆ, ਉਸ ਦੌਰ ਦੇ ਦੌਰਾਨ ਬਹੁਤ ਕੁਝ ਹੁੰਦਾ ਰਿਹਾ, ਪਰ ਉਸ ਤੋਂ ਬਾਅਦ ਜਦੋਂ ਉਸ ਦੌਰ ਦੀ ਸਮਾਪਤੀ ਹੋਈ ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਦੋਂ ਵੀ ਚੋਣਾਂ ਹੋਈਆਂ ਤਾਂ ਉਹ ਚੋਣਾਂ ਅਕਾਲੀ ਦਲ ਦੇ ਪੱਖ 'ਚ ਗਈਆਂ। ਦੂਜੀ ਕੋਈ ਵੀ ਧਿਰ ਕਾਂਗਰਸ ਵੱਲੋਂ ਅੰਦਰ ਖਾਤੇ ਤਾਂ ਭਾਵੇਂ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਗਿਆ, ਪਰ ਕਾਂਗਰਸ ਨੇ ਕਦੇ ਵੀ ਇਹ ਯਤਨ ਨਹੀਂ ਕੀਤੇ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਿੱਧੇ ਤੌਰ 'ਤੇ ਕਾਬਜ਼ ਹੋਵੇ। ਔਰ ਕਾਂਗਰਸ ਵਾਰ ਵਾਰ ਇਹੋ ਜਿਹੀ ਗੱਲ ਕਰਦੀ ਹੁੰਦੀ ਹੈ ਵਿਚਾਲੇ ਜਾ ਕੇ ਅਸੀਂ ਸ਼੍ਰੋਮਣੀ ਕਮੇਟੀ ਚੋਣਾਂ ਲੜਾਂਗੇ, ਕਿਉਂਕਿ ਜਦੋਂ ਕੋਈ ਪੰਥਕ ਚਿਹਰਾ ਥੋੜ੍ਹਾ ਜਿਹਾ ਮੂਹਰੇ ਹੁੰਦਾ, ਚਾਹੇ ਉਹ ਪੰਥਕ ਚਿਹਰਾ ਨਾ ਹੋਵੇ, ਆਪਾਂ ਕਹਿ ਲਈਏ ਕਿ ਸਿੱਖ ਚਿਹਰਾ ਹੋਵੇ, ਚਾਹੇ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀ ਪਹਿਲਾਂ ਬਿਆਨਬਾਜ਼ੀ ਦੇਖਦੇ ਰਹੇ ਹਾਂ, ਤਾਂ ਉਹ ਗੱਲਾਂ ਦਾ ਅਸਰ ਕਿੱਥੇ ਪੈਂਦਾ ਜਾ ਕੇ ਫਿਰ? ਉਹ ਸੁਖਨੈਬ ਜੀ, ਉਹ ਅੰਦਰ ਖਾਤੇ ਕੁਛ ਉਮੀਦਵਾਰਾਂ ਨੂੰ ਸਮਰਥਨ ਦਿੰਦੇ ਆ, ਪਰ ਉਹਦੇ ਨਤੀਜੇ ਇਸ ਤਰ੍ਹਾਂ ਦੇ ਕਦੇ ਵੀ ਨਹੀਂ ਆਏ ਵੀ ਜਿਹਦੇ ਨਾਲ ਇਹ ਮੰਨਿਆ ਜਾਵੇ ਕਿ ਸ਼੍ਰੋਮਣੀ ਕਮੇਟੀ 'ਚ ਵੀ ਘੱਟੋ ਘੱਟ ਇਹ ਕਾਂਗਰਸ ਨਾਲ ਸੰਬੰਧ ਰੱਖਣ ਵਾਲੇ ਬੰਦਿਆਂ ਦਾ ਕੋਈ ਗਰੁੱਪ ਹੈ, ਉਹ ਵੀ ਨਹੀਂ ਹੋਇਆ। ਉਸ ਤੋਂ ਬਾਅਦ ਜਦੋਂ ਮੰਨ ਲਓ ਆਪਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਗਰੁੱਪ ਦੀ ਗੱਲ ਕਰੀਏ, ਉਹ ਵੀ ਕਈ ਵਾਰੀ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ ਲੜਨ ਦੇ ਲਈ ਆਪਦੇ ਬੰਦਿਆਂ ਨੂੰ ਸਾਹਮਣੇ ਲਿਆਉਂਦੇ ਰਹੇ ਆ। ਕੁਛ ਕੁ ਬੰਦੇ ਉਹਨਾਂ ਦੇ 5-7-10 ਬੰਦੇ ਜਿੱਤਦੇ ਵੀ ਰਹੇ ਆ, ਪਰ ਪ੍ਰੋਪਰ ਤੌਰ 'ਤੇ ਜੇ ਆਪਾਂ ਦੇਖੀਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਅਕਾਲੀ ਦਲ
ਜਾਂ ਅੱਜ ਦੇ ਦੌਰ ਦੇ ਵਿੱਚ ਜਿਹੜਾ ਅਕਾਲੀ ਦਲ ਬਾਦਲ ਪਰਿਵਾਰ ਦੀ ਆਪਾਂ ਗੱਲ ਕਰ ਲੈਂਦੇ ਹਾਂ, ਉਹਨਾਂ ਦੇ ਕਬਜ਼ਾ ਰਿਹਾ। ਹੁਣ ਜਿਹੜੀ ਨਵੀਂ ਗੱਲ ਵੀ ਹੁਣ ਜਿਹੜੀਆਂ ਚੋਣਾਂ ਹੋਣੀਆਂ, ਆਪਾਂ ਮਾੜੀ ਜਿਹੀ ਪੁਰਾਣੀ ਗੱਲ ਵੀ ਨਾਲ ਕਰ ਲਈਏ ਕਿ ਕੀ ਕਾਰਨ ਹੈ ਕਿ ਜਿਹੜਾ ਅਕਾਲੀ ਦਲ ਬਾਦਲ ਹੈ ਇਹ ਹਮੇਸ਼ਾ ਹੀ ਉਸ 'ਤੇ ਕਾਬਜ਼ ਰਿਹਾ, ਪਹਿਲਾਂ ਚਾਹੇ ਟੌਂਡੇ ਹੋਰਾਂ ਨਾਲ ਮਿਲ ਕੇ ਜਾਂ ਬਾਅਦ ਦੇ ਵਿੱਚ ਵੀ। ਇਹਦੇ ਪਿੱਛੇ ਮੁਕਾਬਲੇ ਦੇ ਵਿੱਚ ਕੋਈ ਕਿਉਂ ਨਹੀਂ ਆ ਸਕਿਆ, ਕੋਈ ਵੀ ਪੰਥਕ ਧਿਰਾ ਜਿਹੜੀ ਉਹਨਾਂ 'ਚ ਏਕਤਾ ਨਹੀਂ, ਜਾਂ ਫਿਰ ਇਹ ਆ ਕਿ ਉਹ ਏਕਤਾ ਨੂੰ ਖਿਲਾਰ ਦਿੱਤਾ ਜਾਂਦਾ। ਸੁਖਨੈਬ ਜੀ, ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਕਾਲੀ ਦਲ ਦਾ ਜਿਹੜਾ ਆਧਾਰ ਹੈ ਉਹ ਪੇਂਡੂ ਕਿਸਾਨ ਜੱਟ ਸਿੱਖ ਭਾਈਚਾਰਾ ਜਿਹੜਾ ਉਹਦੇ ਵਿੱਚ ਜ਼ਿਆਦਾ ਹੈ। ਤਾਂ ਹੁਣ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਗੱਲ ਆਉਂਦੀ ਹੈ ਤਾਂ ਉੱਥੇ ਵੀ ਉਹਨਾਂ ਦੇ ਵਿੱਚੋਂ ਹੀ ਉਮੀਦਵਾਰ ਜਿਹੜੇ ਉਹ ਸਾਹਮਣੇ ਆਉਂਦੇ ਆ। ਤਾਂ ਹੁਣ ਜਦੋਂ ਉਮੀਦਵਾਰ ਉਹਨਾਂ ਦੇ ਵਿੱਚੋਂ ਹੀ ਸਾਹਮਣੇ ਆਉਣੇ ਆ ਤਾਂ ਫਿਰ ਉੱਥੇ ਗੱਲ ਇਹ ਆ ਜਾਂਦੀ ਕਿ ਰਾਜਨੀਤਿਕ ਤੌਰ 'ਤੇ ਕਬਜ਼ੇ ਵਾਲੀ ਧਿਰ ਕਿਹੜੀ ਹੈ। ਉਸ ਧਿਰ ਦੇ ਨਾਲ ਸੰਬੰਧਿਤ ਬੰਦਿਆਂ ਨੂੰ ਹੀ ਆਮ ਲੋਕ ਜਿਹੜੇ ਉਹ ਵੋਟਾਂ ਪਾ ਕੇ ਉਹ ਜਿੱਤ ਵਾਲੇ ਪਾਸੇ ਨੂੰ ਲੈ ਜਾਂਦੇ ਆ। ਤਾਂ ਉਹਦਾ ਜਿਹੜਾ ਨਹੀਂ ਫਿਰ ਇਹ ਉਹ ਗੱਲ ਕਿੱਥੇ ਰਹਿ ਗਈ ਜੀ ਕਿ ਵਾਰ ਵਾਰ ਕਹੀ ਜਾਂਦੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਹੜਾ ਇਹਨੇ ਪੰਥ ਦਾ ਨੁਕਸਾਨ ਕਰਤਾ, ਸ਼੍ਰੋਮਣੀ ਕਮੇਟੀ ਨੂੰ ਖਾ ਰਿਹਾ, ਬੜਾ ਕੁਛ ਹੈ ਜਿਹੜਾ ਹੁਣ ਤਾਂ ਸੋਸ਼ਲ ਮੀਡੀਆ 'ਤੇ ਚੱਲਦਾ, ਪਹਿਲਾਂ ਉਹ ਅਖਬਾਰਾਂ 'ਚ ਚੱਲਦਾ ਸੀ। ਉਹ ਕਿੱਥੇ ਜਾਂਦਾ, ਉਹ ਸਿੱਖ ਕਿੱਥੇ ਜਾਂਦੇ ਫਿਰ ਜਿਹੜੇ ਉਹ ਵੋਟਾਂ ਨਹੀਂ ਪਾਉਂਦੇ? ਉਹ ਵੋਟਾਂ ਤਾਂ ਪਾਉਂਦੇ ਆ ਜੀ, ਪਰ ਅਕਾਲੀ ਦਲ ਦੇ ਕੋਲ ਲੰਮੇ ਸਮੇਂ ਤੋਂ ਇੱਕ ਮੰਨ ਲਓ 25% ਆਪਾਂ ਮੰਨ ਸਕਦੇ ਹਾਂ ਵੋਟ, ਉਹ ਕਈ ਵਾਰੀ 30-35 ਵੀ ਹੋ ਜਾਂਦੀ ਹੈ, 25 ਤੋਂ ਲਗਭਗ ਉਹ ਘਟੀ ਨਹੀਂ ਕਦੇ ਵੀ। ਤਾਂ ਉਹ ਪੱਕੇ ਤੌਰ 'ਤੇ ਖੜੀ ਹੈ, ਤਾਂ ਪੱਕੇ ਤੌਰ 'ਤੇ ਖੜੀ ਹੋਣ ਕਰਕੇ ਕੁਛ ਰਾਜਨੀਤਿਕ ਗੱਲਾਂ ਦਾ ਉਹਨਾਂ ਨੂੰ ਫਾਇਦਾ ਮਿਲ ਜਾਂਦਾ, ਕੁਛ ਫਿਰ ਗੱਲ ਇਹ ਆ ਜਾਂਦੀ ਹੈ ਕਿ ਖਰਚਾ ਵੱਧ ਕੌਣ ਕਰਦਾ। ਉਹ ਜਿਹੜੀ ਪ੍ਰਬੰਧਕ ਕਮੇਟੀ ਦੀ ਆਪਾਂ ਗੱਲ ਕਰੀਏ, ਭਾਵੇਂ ਆਪਾਂ ਰਾਜਨੀਤਿਕ ਤੌਰ 'ਤੇ ਸਰਕਾਰ ਬਣਾਉਣ ਦੀ ਗੱਲ ਕਰੀਏ, ਤਾਂ ਜਿਹੜੀ ਧਿਰ ਵੱਧ ਖਰਚਾ ਕਰ ਲੈਂਦੀ ਹੈ, ਵੱਧ ਪ੍ਰਬੰਧ ਕਰ ਲੈਂਦੀ ਹੈ, ਉਸ ਧਿਰ ਦੇ ਹੱਥ ਦੇ ਵਿੱਚ ਜਿੱਤ ਦਾ ਜਿਹੜਾ ਨਿਸ਼ਾਨ ਉਹ ਪਹੁੰਚ ਜਾਂਦਾ। 20 ਦੇ ਅਖੀਰ ਦੇ ਵਿੱਚ ਜਾਂ 21 ਦੇ ਸ਼ੁਰੂ ਦੇ ਵਿੱਚ ਜੇ ਇਹ ਚੋਣਾਂ ਹੁੰਦੀਆਂ ਤਾਂ ਅਕਾਲੀ ਦਲ ਕਿੱਥੇ ਜੇ ਸਟੈਂਡ ਕਰੂਗਾ, ਕਿਉਂਕਿ ਦੋਸ਼ ਬੜੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੇ, ਦੂਸਰੇ ਆਹ ਜਿਹੜੇ ਆਹ ਮੁੱਦੇ ਨੇ ਖੇਤੀ ਆਰਡੀਨੈਂਸਾਂ ਵਾਲੇ, ਇੱਥੇ ਵੀ ਅਕਾਲੀ ਦਲ ਦਾ ਕੁਛ ਵੱਟਿਆ ਨਹੀਂ ਗਿਆ, ਤੀਜਾ ਜਿਹੜਾ ਮਾਮਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਲਾਪਤਾ ਸਰੂਪ ਨੇ, ਉੱਥੇ ਵੀ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਕਸੀਮਮ ਮੈਂਬਰ ਨੇ ਉਹ ਅਕਾਲੀ ਦਲ ਬਾਦਲ ਨਾਲ ਹੀ ਸੰਬੰਧਿਤ ਨੇ, ਉਹ ਸਾਰੇ ਜਦੋਂ ਦੋਸ਼ ਲੱਗਦੇ ਨੇ ਤਾਂ ਕੀ ਲੱਗਦਾ ਕਿ ਹੁਣ ਵੀ ਇਹਨਾਂ ਨੂੰ ਜਿੱਤ ਪ੍ਰਾਪਤ ਹੋ ਸਕਦੀ ਹੈ? ਸੁਖਨੈਬ ਜੀ, ਅਕਾਲੀ ਦਲ ਦਾ ਸਿੱਧੇ ਤੌਰ 'ਤੇ ਵਿਰੋਧ ਕਰਨ ਵਾਲੀਆਂ ਜਿਹੜੀਆਂ ਧਿਰਾਂ ਨੇ ਉਹ ਜੇ ਆਪਾਂ ਪਿਛਲੀਆਂ ਚੋਣਾਂ ਦੀ ਗੱਲ ਕਰੀਏ, ਭਾਵੇਂ ਲੋਕ ਸਭਾ ਦੀਆਂ ਚੋਣਾਂ ਹੋਣ ਭਾਵੇਂ ਵਿਧਾਨ ਸਭਾ ਦੀਆਂ ਚੋਣਾਂ ਹੋਣ, ਉਹਨਾਂ ਨੇ ਵੋਟਾਂ ਅਕਾਲੀ ਦਲ ਬਾਦਲ ਨੂੰ ਨਹੀਂ ਪਾਈਆਂ, ਉਹ ਵੋਟਾਂ ਹੁਣ ਵੀ ਨਹੀਂ ਪੈਣੀਆਂ। ਹੁਣ ਲੋਕਾਂ ਨੇ ਕਾਂਗਰਸ ਦੀ ਸਰਕਾਰ ਬਣਾਈ ਸੀ ਪੰਜਾਬ ਦੇ ਵਿੱਚ, ਕਾਂਗਰਸ ਦੀ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਤੋਂ ਲੋਕ ਸੰਤੁਸ਼ਟ ਨਹੀਂ ਹੈਗੇ। ਤਾਂ ਹੁਣ ਜਿਹੜੇ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਸੀ ਕਾਂਗਰਸ ਪਾਰਟੀ ਨੂੰ, ਉਹ ਸੰਤੁਸ਼ਟ ਨਹੀਂ ਹੈਗੇ, ਤਾਂ ਉਹ ਕਿਹੜੇ ਪਾਸੇ ਜਾਣਗੇ? ਉਹ ਮੁੜ ਕੇ ਅਕਾਲੀ ਦਲ ਵਾਲੇ ਪਾਸੇ ਆ ਜਾਣਗੇ ਜਾਂ ਫਿਰ ਉਹ ਆਮ ਆਦਮੀ ਪਾਰਟੀ ਵਾਲੇ ਪਾਸੇ ਜਾਣ ਦਾ ਰੁੱਖ ਕਰਨਗੇ? ਹੁਣ ਅੱਜ ਦੀ ਘੜੀ ਜੇ ਆਪਾਂ ਦੇਖਦੇ ਹਾਂ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਆਮ ਲੋਕਾਂ ਦੇ ਵਿੱਚ ਜਿਹੜਾ 2017 ਦੀਆਂ ਚੋਣਾਂ ਵੇਲੇ ਮਾਹੌਲ ਸੀ ਉਹ ਸਾਨੂੰ ਦਿਖਣ ਨੂੰ ਨਹੀਂ ਮਿਲ ਰਿਹਾ। ਤਾਂ ਜਦੋਂ ਮਾਹੌਲ ਉਹ ਨਹੀਂ ਦਿਖਣ ਨੂੰ ਮਿਲ ਰਿਹਾ ਕਿਉਂਕਿ ਉਹਨਾਂ ਦੇ ਵਿੱਚ ਗਰੁੱਪ ਵਾਲੇ ਬਣ ਗਏ ਜੀ, ਖਹਿਰਾ ਸਾਹਿਬ ਹੋਰੀ ਛੱਡ ਕੇ ਚਲੇ ਗਏ, ਫੂਲਕਾ ਸਾਹਿਬ ਚੁੱਪ ਕਰਕੇ ਬਹਿ ਗਏ, ਹੋਰ ਵੀ ਕਾਫੀ ਭੰਨ ਤੋੜ ਉਹਨਾਂ ਦੇ ਵਿੱਚ ਹੋਈ। ਤਾਂ ਉਸ ਭੰਨ ਤੋੜ ਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਇਆ। ਹੁਣ ਆਮ ਆਦਮੀ ਪਾਰਟੀ ਵਾਲੇ ਪਾਸੇ ਜੇ ਕਾਂਗਰਸ ਤੋਂ ਰੁੱਸੇ ਹੋਏ ਲੋਕ ਜਾ ਵੜਦੇ ਆ ਤਾਂ ਫਿਰ ਆਮ ਆਦਮੀ ਪਾਰਟੀ ਮਜ਼ਬੂਤ ਹੋ ਜਾਂਦੀ ਹੈ, ਜੇ ਉਹ ਲੋਕ ਅਕਾਲੀ ਦਲ ਵਾਲੇ ਪਾਸੇ ਆਉਣ ਦਾ ਰੁੱਖ ਕਰ ਲੈਂਦੇ ਆ ਤਾਂ ਫਿਰ ਅਕਾਲੀ ਦਲ ਮਜ਼ਬੂਤ ਹੋ ਜਾਂਦਾ। ਪਰ ਇੱਥੇ ਇੱਕ ਗੱਲ ਹੋਰ ਆ ਜਾਂਦੀ ਹੈ, ਉਹ ਗੱਲ ਆ ਜਾਂਦੀ ਹੈ ਕਿ ਅਕਾਲੀ ਦਲ ਦੇ ਨਾਲੋਂ ਕਈ ਸਾਰੇ ਪੁਰਾਣੇ ਸੀਨੀਅਰ ਆਗੂ ਸੀ ਜਿਹੜੇ ਉਹ ਵੱਖ ਹੋ ਗਏ, ਸਹੀ ਟਕਸਾਲੀ ਬਣ ਗਏ, ਟਕਸਾਲੀ ਬਣ ਗਏ, ਅਲੱਗ ਆ ਗਏ। ਉਸ ਤੋਂ ਬਾਅਦ ਜਿਹੜੇ ਕਾਫੀ ਸੀਨੀਅਰ ਮੰਨਿਆ ਜਾਂਦਾ ਜਿਹੜੇ ਕੇਂਦਰ ਦੇ ਵਿੱਚ ਵਜ਼ੀਰ ਵੀ ਰਹੇ ਆ, ਉਹਨਾਂ ਦੇ ਬੇਟੇ ਪੰਜਾਬ ਦੇ ਵਿੱਚ ਲੰਮਾ ਸਮਾਂ ਮਿਨਿਸਟਰੀ ਦੇ ਵਿੱਚ ਰਹੇ ਆ, ਢੀਂਡਸਾ ਪਰਿਵਾਰ ਦੀ ਜੇ ਆਪਾਂ ਗੱਲ ਕਰੀਏ, ਸੁਣਨ ਦੇ ਵਿੱਚ ਇਹ ਵੀ ਆਇਆ ਕਿ ਸਾਰੋਂ ਸਾਹਿਬ ਜਿਹੜੇ ਆ ਉਹਨਾਂ ਨੂੰ ਢੀਂਡਸਾ ਪਰਿਵਾਰ ਦੀ ਸਹਿਮਤੀ ਦੇ ਨਾਲ ਗੁਰਦੁਆਰਾ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ। ਸੁਣਨ 'ਚ ਆਇਆ, ਪ੍ਰੂਫ ਇਹਨਾਂ ਗੱਲਾਂ ਦੇ ਭਾਵੇਂ ਆਪਣੇ ਕੋਲ ਨਾ ਹੋਣ ਪਰ ਲੋਕਾਂ ਵੱਲੋਂ ਕਹੀਆਂ ਹੋਈਆਂ ਗੱਲਾਂ ਸੱਚੀਆਂ ਹੀ ਹੁੰਦੀਆਂ ਨੇ ਕਿਉਂਕਿ ਐਵੇਂ ਤਾਂ ਗੱਲਾਂ ਬਾਹਰ ਆਉਂਦੀਆਂ ਨੇ। ਤਾਂ ਹੁਣ ਉੱਥੇ ਭਾਰਤੀ ਜਨਤਾ ਪਾਰਟੀ ਨਾਲੋਂ ਅਕਾਲੀ ਦਲ ਦਾ ਨਵਾਂ ਨਵਾਂ ਤੋੜ ਵਿਛੋੜਾ ਹੋਇਆ, ਉੱਧਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੇ ਚੋਣਾਂ ਹੁੰਦੀਆਂ ਨੇ ਤਾਂ ਉਸ ਵੇਲੇ ਢੀਂਡਸਾ ਪਰਿਵਾਰ ਦਾ ਰੁੱਖ ਕੀ ਰਹੂਗਾ? ਭਾਰਤੀ ਜਨਤਾ ਪਾਰਟੀ ਢੀਂਡਸਾ ਪਰਿਵਾਰ ਨੂੰ ਕਿਵੇਂ ਸਮਰਥਨ ਦੇਊਗੀ? ਕਾਂਗਰਸ ਦੇ ਕਿਹੜੇ ਧੜੇ ਬਾਦਲ ਪਰਿਵਾਰ ਦੀ ਅੰਦਰ ਖਾਤੇ ਮਦਦ ਕਰਨਗੇ ਅਤੇ ਕਿਹੜੇ ਧੜੇ ਢੀਂਡਸਾ ਪਰਿਵਾਰ ਦੀ ਅੰਦਰ ਖਾਤੇ ਮਦਦ ਕਰਨਗੇ? ਉਹ ਸਾਰੀਆਂ ਗੱਲਾਂ ਰਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਤੀਜਿਆਂ ਨੂੰ ਤੈਅ ਕਰਨਗੀਆਂ।
इत्थे एक गल होर आ जाती है, पंजाब दे विच जिहड़ा संत समाज है वख-वख थावां ते उन्हां दे डेरे बने हुए जी, वह डेरिया वाले बाबिया का भी संगत दे विच काफ़ी असर सुख हैगा। वो बाबे आ जिहड़े डेरिया वाले वह संगत नूं किहड़े पासे जाण दा हुक्म दिंदे आ, बादल परिवार वनी जाण दा हुक्म दिंदे आ जां ढींडसा परिवार वनी जाण दा हुक्म दिंदे आ, जां जिवें आम तौर ते गल चलदी बहुते डेरियां दा जिहड़ा संबंध है भी वह तो संघ परिवार दे नाल हैगा, तो जे संघ परिवार दे नाल उन्हां दा संबंध हैगा तां फिर संघ परिवार वनी जिहड़े दिशा निर्देश आउणगे वह बाबे फिर आपदी संगत नूं उस पासे जाण वास्ते इशारा कर सकदे आ। तो ये जिहड़ियां सारियां गल्लां ने ये सारिया ही श्रोमणी गुरद्वारा प्रबंधक कमेटी के नतीजों को प्रभावित करनगियां। जे आपां राजनीतिक तौर पर देखिए तो इस वेले अकाली दल बादल आपदे बहुत माड़े दौर दे विचों लंघ रहा है, उहदे लई श्रोमणी गुरद्वारा प्रबंधक कमेटी दीआं चोणां जितना बेहद जरूरी है जेकर राजनीतिक तौर पर उन्हें आपदे आप नूं जिउंदा रखना। वो चोणां जितण लई उहदे कोलों जिहड़े भी यतन बणदे होणगे वह सारे यतन वह करनगे, पर दूजे पासे भारतीय जनता पार्टी की केंद्रीय लीडरशिप है जिहड़ी जी भी उहदे बारे च हजे आपां इह क्लीयर नहीं कह सकते कि वह बादल परिवार को राजनीतिक लाभ लैण वाले पासे देखना चाहुंदी है कि नहीं देखना चाहुंदी। जेकर केंद्र की सरकार नहीं चाहुंदी भी बादल परिवार पहलां वाली पोजीशन च आवे मजबूती वाले पासे आवे तो फिर वह भी जिन्ने बणदे यतन आ वह सारे यतन वह करनगे। वह ढींडसा परिवार के नाल रल के जिहड़ा उन्हां दा संघ दा एक विंग है राष्ट्रीय सिख संगत वह उन्हां दे उम्मीदवार भी उत्थे दे सकदे आ, पर आम लोगों के फिर उत्थे इह गल चलूगी भी जे भारतीय जनता पार्टी नाल जाके बादल परिवार नूं आपां माड़ा कहने आ तां फिर जे ढींडसा परिवार भारतीय जनता पार्टी दे जां संघ दे नेड़े जांदा तां फिर की उहनूं आपां माड़ा कहीए कि ना कहीए। ते टकसालियां नूं कित्थे रखांगे फिर? टकसाली अद्धे कि तां टुट के वापस आ गए सी, अकाली बन गए फिर दुबारे वो तो घर वापसी हो गई सी उन्हां दी, जिहड़े रहिंदे आ वो हजे चुप जे करे बैठे आ क्योंकि ब्रह्मपुरा साहब जिहड़े आ उन्हां नूं सद्दिया सी जदों ढींडसा साहब होरां ने आपदा कट कीता सी तो उन्हां नूं बुलाया सी पर वो नहीं आए। उत्थे रौला फिर कुर्सी का पै जांदा क्योंकि ढींडसा साहब का भी रौला तो यही है ना, अज कुछ मर्जी कही जाण भी बादल कहने ऐं कीता जां बादल साहब ने गलतियां कीतियां असी ऐं होया भी जदों तुसीं चुप करके उत्थे बैठे रहे हो लम्मा समा तुसीं उत्थे आनंद माणदे रहे हो तां 40 साल आनंद माणन तो बाद तुहानूं इह पता लगता है कि गलतियां होई गईआं तां फिर तुसीं उदों क्यों नहीं बोले? ये सवाल भी लोगों मनियों आ सकते हैं तो इन्हां सवालों का उन्होंने कोई जवाब नहीं हैगा। तो टकसाली है जिहड़े वो भी इस गल करके पासे गए सी क्योंकि लम्मा समा उन्होंने भी आनंद माणिया भी सानूं कितों कुछ वध मिले, हुण वध मिलण दी गल जिहड़ी है वो ढींडसा साहब नूं हो सकदा है कि भारतीय जनता पार्टी कोई इह जिहा अहुदा दे दे भी जिहदे नाल उन्हां नूं इह लगदा होवे भी मैनूं पहलां नाल वध मिल गया, पर केंद्र दी वजीरी तों वड्डा भी केंद्र दी वजीरी भी रही है उन्हां दे कोले तां हुण उदू वड्डा मैनूं तां नहीं लगदा भी जां तां पंजाब दा मुख्यमंत्री उदू वड्डा अहुदा जां फिर केंद्र दे विच प्रधानमंत्री दा उदू वड्डा अहुदा उही हो सकदा। हुण प्रधानमंत्री वाले पासे उह जा नहीं सकदे, मुख्यमंत्री वाले पासे तां ही आ सकदे आ जेकर कांग्रेस पार्टी अकाली दल बादल आम आदमी पार्टी तो उन्होंने तिना धिर के नाल एक होर फ्रंट यहोजा बने जिथे सारिया धिर रल के इस गल ते आ जाण कि असी पंजाब दे लई पंजाब दे लोकां दे लई पंजाब दे मुद्दयां दे लई एक सच्चे दिलों कोई लड़ाई लड़न की गल करदे आ फिर हो सकदा कि कोई परिवर्तन हो जाए, पर हाले तक ढींडसा साहब होरी जां टकसाली अकाली आ जिहड़े उहो जां आपां जे खहरा साहब वर्गियां दी वी गल करिए जां नवजोत सिंह सिद्धू की भी आपां गल कर लैंदे आ उह सारे ही पंजाब दे लोकां दे विच इह गल पैदा करन च कामयाब नहीं हो सके कि असीं आपदी लड़ाई जिहड़ी आ उह पंजाब दे लोकां लई लड़ रहे हां। आम तौर ते लोकां च सुनेहा इही जा रिहा कि इह तां मुख्यमंत्री दी कुर्सी दी लड़ाई लड़न वाले पासे लगे होए आ भी पंजाब दे लोकां दे नाल संबंधित मुद्दयां दा इहनां दे नाल सिद्धा कोई संबंध नहीं हैगा। जिहड़ियां पंथक धिरां होर ने क्योंकि जदों कितें कोई कन्वेंशन हुंदे आ जां होर आ बड़े हुंदे आ कि बहुत सारे जिहड़े अकाली दल सामने आ जांदे आ अजकल उह बहुते सरगर्म नहीं आ ਕੀ ਉਹ ਐਸ ਜੀ ਪੀ ਸੀ ਚੋਣਾਂ ਦੇ ਉੱਤੇ ਕੋਈ ਵਧੀਆ ਪ੍ਰਭਾਵ ਪਾ ਸਕਣਗੇ? ਉਹਨਾਂ 'ਚੋਂ ਸੁਖਨੈਬ ਜੀ ਸਾਰਿਆਂ ਨਾਲੋਂ ਵੱਧ ਇਸ ਵੇਲੇ ਜੇ ਸੋਸ਼ਲ ਮੀਡੀਆ 'ਤੇ ਆਪਾਂ ਗੱਲ ਕਰੀਏ ਤਾਂ ਸਾਰਿਆਂ ਨਾਲੋਂ ਵੱਧ ਰੌਲਾ ਜਿਹੜਾ ਪਾਇਆ ਜਾ ਰਿਹਾ ਅਤੇ ਉਹਨਾਂ ਦੇ ਆਗੂ ਹੈਗੇ ਆ ਸਾਬਕਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਜੀ। ਹੁਣ ਭਾਈ ਰਣਜੀਤ ਸਿੰਘ ਜੀ ਹੋਰਾਂ ਦਾ ਜੇ ਆਪਾਂ ਆਪਣੇ ਆਲੇ ਦੁਆਲੇ ਦੀ ਗੱਲ ਕਰੀਏ ਤਾਂ ਇੱਥੇ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਉਹਨਾਂ ਦੇ ਗਰੁੱਪ ਦੇ ਵਿੱਚ ਕੋਈ ਉਸ ਤਰ੍ਹਾਂ ਦੇ ਬੰਦੇ ਹੈਗੇ ਆ ਵੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਨੂੰ ਪ੍ਰਭਾਵਿਤ ਕਰਦੇ ਹੋਣ ਵੀ ਉਹ ਨਹੀਂ ਹੈਗੇ।
नैटवर्क अज भी जे आपां मन्नीए तां नैटवर्क दे तौर ते अकाली दल बादल दे कोले नैटवर्क ज़्यादे आ, उस नैटवर्क दे नाल ही वोटां जिहड़ियां ने पोल होणियां उह पोल होईआं वोटां दे नाल ही नतीजे सामने आउणे। तां हुण कही आपां कुछ मर्जी जाइए पर पेंडू वोटर आ जिहड़ा किसान भाईचारे दा जिहड़ा वोटर है उहदे च अज भी अकाली दल बादल दा प्रभाव दूजियां सारियां धिरां नालों वध हैगा। आपां नूं पसंद होवे इह गल भावें ना होवे उह इक वक्खरी गल है, पर जिहड़ी सच्चाई है वो यही है कि उन्हां दा प्रभाव अज भी पेंडू किसान जिहड़े ने उन्हां दे विच वध हैगा। तो उस प्रभाव ने श्रोमणी गुरद्वारा प्रबंधक कमेटी दीआं जे चोणां आउंदीआं ने तां उन्हां नूं प्रभावित करना, उस प्रभाव दे नाल ही नतीजे जिहड़े आ उह सामने आउणे आ। तो घट्टो घट्ट मैनूं लगदा है कि एक विरोधी धिर वधिया श्रोमणी गुरद्वारा प्रबंधक कमेटी दे विच आ सकदी है, इस गल च कोई दो राय नहीं, पर कब्जा जिहड़ा वह बादल परिवार दे कोले बणिआ रहि सकदा। अगली जिहड़ी वड्डी गल है कि जदों हुण लंबे टाइम तो यह जिहड़ी श्रोमणी कमेटी की चोण पेंडिंग सी इन्हां वेलिआं दे विच आ के उस दे उत्ते चेयरमैन लाया जाणा जां सारी तैयारी शुरू हो जाणी, किते इह वी वड्डा कारण हो सकदा कि बादलकिआं नूं दिखाया जावे कि असीं की कर सकदे हां केंद्र सरकार? बिल्कुल, उह तां हैगा ही है जी, केंद्र च इस वेले भावें भारतीय जनता पार्टी की सरकार आ पर आपां पुराणियां केंद्र दीआं सरकारां ने जिहड़ियां जिहड़ियां कांग्रेस वेलिआं च रहीआं उहनां दी वी जे आपां गल करिए तां केंद्र दी सरकार किसी भी राज दे विच बींगे टेढ़े तरीके दे नाल उह आपदी पकड़ बना के रखना चाहुंदी हुंदी है, चाहे पुराणियां सरकारां सी चाहे भारतीय जनता पार्टी दी सरकार आ। हुण भारतीय जनता पार्टी नूं हो सकदा कि अकाली दल ने भारतीय जनता पार्टी की सहमति दे नाल ही जिहड़ा हुण होया सारा कुछ भी बीबी हरसिमरत कौर बादल ने अस्तीफा दिता भारतीय जनता पार्टी दे नाल तोड़ विछोड़ा होया भी हो सकदा कितने उन्हां दी अंडरसटैंडिंग भी होवे, पर जे नहीं हैगी तां उह भारतीय जनता पार्टी दे लई एक दुख दी रग वाला काम तो हैगा ही है ना कि भी सानू किसानां वाले मुद्दे ते अकाली दल छड्ड के चला गया। तो वह जिहड़े नेड़ले बंदिआं तो आपां नूं पता लगता उहदे च इह आ कि काफ़ी समय तो भारतीय जनता पार्टी की केंद्रीय लीडरशिप ते अकाली दल बादल परिवार जिहड़ा उहनां दे संबंध उन्ने वधिया नहीं हैगे जिन्ने अटल बिहारी वाजपेई होरां वेले जां वड्डे बादल साहब होरां नाल हुंदे सी, उह लगदा पता। हुण जदों अस्तीफा दे के पासे हो गए तोड़ विछोड़ा हो गया तो हुण दोहां धिरां दे लई इह गल बण जांदी है कि असीं आपदे आप नूं साबित करके दिखाईए। तो वह साबित करन वाले चक्कर दे विच ही जिहड़ी गल आपां पहलां कीती है कि सारों साहब की जिहड़ी चेयरमैन लाउण दी गल सी उह टिंडसा साहब होरां दे नाल सहमति नाल ही उह लगभग होया लगदा लोकां दी क्यास राई इह है, तो वह दिखाउण वाली वी गल है। जदों दिखाउण वाली गल आ गई तो फिर राष्ट्रीय सिख संगत ਨੂੰ ਵੀ ਆਪਦੇ ਯਤਨ ਜਿਹੜੇ ਆ ਉਹ ਤੇਜ਼ ਕਰਨ ਵਾਲੇ ਪਾਸੇ ਲਾਇਆ ਹੋਊਗਾ, ਉਹਨਾਂ ਨੇ ਢੀਂਡਸਾ ਸਾਹਿਬ ਹੋਰੀ ਵੀ ਲੱਗੇ ਹੋਏ ਆ, ਹੋਰ ਕਈ ਸਾਰੇ ਗਰੁੱਪ ਜਿਹੜੇ ਆ ਜਿਨ੍ਹਾਂ ਨੂੰ ਲੱਗਦਾ ਕਿ ਕੇਂਦਰ ਸਰਕਾਰ ਦੇ ਨਾਲ ਰਲ ਕੇ ਸਾਨੂੰ ਕੋਈ ਨਿੱਜੀ ਫਾਇਦਾ ਹੋ ਜੂਗਾ ਉਹ ਵੀ ਸਾਰੇ ਮੈਦਾਨ ਦੇ ਵਿੱਚ ਆ ਸਕਦੇ ਆ। ਉਹ ਸਾਰੇ ਰਲ ਕੇ ਜੇਕਰ ਮੈਦਾਨ 'ਚ ਆਉਂਦੇ ਆ ਤਾਂ ਫਿਰ ਉੱਥੇ ਧਿਰਾਂ ਜਿਹੜੀਆਂ ਨੇ ਉਹ ਤਿੰਨ ਬਣਨ ਵਾਲੇ ਪਾਸੇ ਨੂੰ ਗੱਲ ਤੁਰ ਪਊਗੀ ਜੀ, ਕਿਉਂਕਿ ਜਿਵੇਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਆਪਾਂ ਗੱਲ ਕਰੀਏ ਉਸ ਤਰ੍ਹਾਂ ਦੇ ਜਿਹੜੇ ਥੋੜ੍ਹੇ ਕੱਟੜ ਵਿਚਾਰਧਾਰਾ ਵਾਲੇ ਲੋਕ ਆ ਉਹ ਨਾ ਤਾਂ ਭਾਰਤੀ ਜਨਤਾ ਪਾਰਟੀ ਨਾਲ ਜਾ ਸਕਦੇ ਨਾ ਹੀ ਉਹ ਅਕਾਲੀ ਦਲ ਬਾਦਲ ਨਾਲ ਜਾ ਸਕਦੇ, ਤਾਂ ਫਿਰ ਉਹ ਆਪਦੇ ਉਮੀਦਵਾਰ ਅਲੱਗ ਤੋਂ ਦੇਣਗੇ। ਢੀਂਡਸਾ ਸਾਹਿਬ ਹੋਰੀ ਇਹਨਾਂ ਦਾ ਗਰੁੱਪ ਜਿਹੜਾ ਉਹ ਆਪਦੇ ਉਮੀਦਵਾਰ ਅਲੱਗ ਤੋਂ ਦੇਊਗਾ, ਬਾਦਲ ਪਰਿਵਾਰ ਆਪਦੇ ਉਮੀਦਵਾਰ ਅਲੱਗ ਤੋਂ ਦੇਊਗਾ। ਜਦੋਂ ਤਿੰਨ ਉਮੀਦਵਾਰ ਸਾਹਮਣੇ ਆ ਜਾਣਗੇ ਤਾਂ ਉਹਦੇ ਨਾਲ ਸਿੱਧੇ ਤੌਰ 'ਤੇ ਫਾਇਦਾ ਜਿਹੜਾ ਉਹ ਅਕਾਲੀ ਦਲ ਬਾਦਲ ਨੂੰ ਹੁੰਦਾ, ਪੱਕੀ ਵੋਟ ਜਿਹੜੀ ਨਾਲ ਉਹਨਾਂ ਕੋਲ ਪੱਕੀ ਵੋਟ ਹੈਗੀ ਹੈ। ਤਾਂ ਹੁਣ ਇਹਨਾਂ ਸਾਰੀਆਂ ਗੱਲਾਂ ਦਾ ਇਹ ਸਾਰੇ ਗਰੁੱਪ ਰਲ ਕੇ ਕਿਵੇਂ ਤੋੜ ਲੱਭਦੇ ਆ ਉਸ ਤੋੜ ਦੇ ਉੱਤੇ ਹੀ ਇਹ ਨਿਰਭਰ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੇ ਚੋਣਾਂ ਹੁੰਦੀਆਂ ਤਾਂ ਉਹ ਚੋਣਾਂ ਦੇ ਵਿੱਚੋਂ ਜਿੱਤ ਕਿਹੜੀ ਧਿਰ ਨੂੰ ਹਾਸਲ ਹੁੰਦੀ ਹੈ ਜੀ। ਬਹੁਤ ਮਿਹਰਬਾਨੀ ਬਾਈ ਜੀ, ਬਹੁਤ ਧੰਨਵਾਦ। ਹੁਣ ਜਦੋਂ ਅਚਨਚੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੀ ਚਰਚਾ ਚੱਲੀ ਹੈ ਤਾਂ ਉਸ ਵਕਤ ਜਿਹੜਾ ਅੱਜ ਅਸੀਂ ਅਨੈਲਿਸਿਸ ਕੀਤਾ, ਜਿਹੜੀ ਗੱਲਬਾਤ ਕੀਤੀ ਹੈ, ਜਿਹੜਾ ਅਧਿਐਨ ਕਰਨ ਦਾ ਯਤਨ ਕੀਤਾ, ਉਸ ਵੇਲੇ ਦੇ ਸਰਕਮਸਟੈਂਸ ਕੀ ਹੋ ਸਕਦੇ ਆ ਉਹਦੇ 'ਤੇ ਜ਼ਰੂਰ ਤੁਸੀਂ ਚੇਤੇ ਰੱਖਿਓ, ਸੰਭਾਲ ਵੀ ਸਕਦੇ ਹੋ ਇਸ ਨੂੰ ਕਿ ਜਦੋਂ ਨਤੀਜੇ ਆਉਣਗੇ ਉਸ ਤੋਂ ਬਾਅਦ ਸਾਡੀਆਂ ਕਈਆਂ ਗੱਲਾਂ ਦੇ ਵਿੱਚੋਂ 1921 ਦਾ ਫਰਕ ਹੋਊਗਾ 1991 ਦਾ ਨਹੀਂ।